ਲੈ ਕੇ ਨਹੀਂ ਆਏ। ਬਹੁਤ ਉਹ ਪ੍ਰਚਲਿਤ ਸ਼ਬਦ ਜਿਹੜੇ ਹਨ ਉਹ ਜ਼ਿਆਦਾ ਪੜ੍ਹੇ ਜਾਂਦੇ ਨੇ, ਕਈ ਵਾਰੀ ਸੰਗਤਾਂ ਵੱਲੋਂ ਵੀ ਫਰਮਾਇਸ਼ ਹੁੰਦੀ ਹੈ ਵੀ ਉਹੀ ਸ਼ਬਦ ਲਓ, ਪਰ ਜਿਹੜੀ ਮਹਿੰਗੀ ਬਾਣੀ ਹੈ, ਜਿਹੜੇ ਸ਼ਬਦ ਆਪਾਂ ਕਦੇ ਸੁਣੇ ਨਹੀਂ ਪੜ੍ਹੇ ਨਹੀਂ, ਉਹ ਵੀ ਤਾਂ ਆਪਣਾ ਫਰਜ਼ ਹੈ ਸੰਗਤਾਂ ਤੱਕ ਪਹੁੰਚਾਉਣਾ। ਗੁਰੂ ਨਾਨਕ ਸਾਹਿਬ ਨੇ ਇਸ ਪਾਵਨ ਸ਼ਬਦ ਅੰਦਰ ਇੱਕ ਉਦਾਹਰਣ ਦਿੱਤਾ ਹੈ ਕਿ ਮਨੁੱਖ ਦੀ ਬੀਤ ਰਹੀ ਜ਼ਿੰਦਗੀ ਵਿੱਚੋਂ ਕਈ ਵਾਰੀ ਕੁਰਾਹੇ ਪੈਣ ਕਰਕੇ ਸਾਡੀ ਬੇਪਤੀ ਹੁੰਦੀ ਹੈ, ਸਾਡੀ ਬੇਇੱਜ਼ਤੀ ਹੁੰਦੀ ਹੈ, ਔਰ ਉਸ ਨੂੰ ਕਿਸ ਤਰ੍ਹਾਂ ਉਸ ਪਰਮਾਤਮਾ ਦੀ ਸਿਫਤ ਕਰਕੇ ਸੁਧਾਰਿਆ ਜਾ ਸਕਦਾ ਹੈ। ਜਿਸ ਤਰ੍ਹਾਂ ਰੂਣ ਲੈ ਕੇ ਆਏ, ਉਸ ਨੂੰ ਵੇਲਣੇ ਨਾਲ ਉਹਦਾ ਧਾਗਾ ਬਣਾਇਆ ਗਿਆ, ਫਿਰ ਉਸਨੂੰ ਇੱਕ ਕੱਪੜੇ ਦਾ ਰੂਪ ਦਿੱਤਾ ਗਿਆ ਧਾਗੇ ਦਾ ਬਣਾ ਕੇ ਮਸ਼ੀਨਾਂ ਨਾਲ ਜਾਂ ਹੱਥਾਂ ਨਾਲ, ਜਿਸ ਤਰ੍ਹਾਂ ਵੀ ਕੋਈ ਤਰੀਕੇ ਉਦੋਂ ਰਹੇ ਹੋਣਗੇ। ਉਹ ਕੱਪੜਾ ਤਿਆਰ ਹੋਇਆ, ਫਿਰ ਉਹ ਕੱਪੜਾ ਤਿਆਰ ਹੋ ਕੇ ਦਰਜੀ ਕੋਲ ਗਿਆ। ਦਰਜੀ ਨੇ ਕੈਂਚੀ ਨਾਲ ਪਹਿਲਾਂ ਕੱਟ ਕੇ ਅਤੇ ਫਿਰ ਉਸਨੂੰ ਹੱਥਾਂ ਨਾਲ ਪਾੜ ਕੇ ਇੱਕ ਕੁੜਤੇ ਦਾ ਰੂਪ ਜਾਂ ਇੱਕ ਵਸਤਰ ਦਾ ਰੂਪ ਦੇਣਾ ਚਾਹਿਆ। ਇਹਨ ਬਿਨ ਇਸੇ ਤਰ੍ਹਾਂ ਜਿਸ ਤਰ੍ਹਾਂ ਉਹ ਕੱਪੜਾ ਪਾਟਿਆ ਹੋਇਆ, ਦਰਜੀ ਨੇ ਤਰਤੀਬ ਨਾਲ ਉਹਨੂੰ ਸੇਲ ਕੇ ਅਤੇ ਉਹਨੂੰ ਕੁੜਤੇ ਦਾ ਰੂਪ ਦਿੱਤਾ, ਉਹਨੂੰ ਵਰਦੀ ਦਾ ਰੂਪ ਦਿੱਤਾ ਉਸਨੂੰ। ਇਸੇ ਤਰ੍ਹਾਂ ਮਨੁੱਖ ਦੀ ਖਰਾਬ ਹੋਈ ਹੋਈ ਜ਼ਿੰਦਗੀ ਜੇ ਉਹ ਸਿਫਤ ਕਰੇ ਪਰਮਾਤਮਾ ਦੀ ਤਾਂ ਉਹ ਪੱਤ ਪਾਟੀ ਹੋਈ ਇਸ ਤਰ੍ਹਾਂ ਸੀਤੀ ਜਾ ਸਕਦੀ ਹੈ। ਝੂਠੇ ਦੁਨੀਆਂ ਦੇ ਪਸਾਰੇ ਵਿੱਚ ਆਪਣੇ ਆਪ ਨੂੰ ਗਵਾਚ ਕੇ, ਆਪਣੇ ਆਪ ਨੂੰ ਖਤਮ ਕਰਕੇ ਜਿਹੜਾ ਕੁਝ ਕਮਾਇਆ ਉਹ ਇੱਕ ਦਿਨ ਚਲਿਆ ਜਾਂਦਾ, ਪਰ ਜਿਨ੍ਹਾਂ ਨੇ ਸੱਚ ਦੀ ਕਮਾਈ ਕੀਤੀ ਹੈ ਨਾ, ਉਹ ਸੱਚ ਕਦੇ ਛੁਪਦਾ ਨਹੀਂ, ਸੱਚ ਕਦੇ ਲੁਕਦਾ ਨਹੀਂ, ਸੱਚ ਸਦਾ ਸੱਚ ਰਹਿੰਦਾ ਹੈ। ਆਓ ਇਹ ਪਾਵਨ ਸ਼ਬਦ ਸਾਰੀ ਸੰਗਤ ਨੇ ਕਿਰਪਾ ਕਰਨੀ, ਕੋਈ ਰਸਨਾ ਬਾਜੀ ਨਾ ਰਹੇ। Ah, 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 ah
ترجمة
ਸਤ ਮਿੰਟ ਸਾਰੀ ਸੰਗਤ ਨੇ ਇੱਕ ਮਨ ਇੱਕ ਚਿੱਤ ਹੋ ਕੇ ਅਡੋ